विगी का खालसा वाइगोजी की फतेह वाइगोजी की फतेह आज मेरा क्वेश्चन है कि आ, नशा कैसे छोड़ सकता है जैसे कि शराब का नशा तो छूट जाता है बट इलेक्ट्रॉनिक गैजेट्स तो आजकल हर चीज में काम आते हैं उनका नशा कैसे छोड़े विगास बच्चे थोड़ा क्वेश्चन तो बड़ा मुश्किल है थानू है ओदा नशा ਥੋੜਾ ਬਹੁਤ ਥੋੜਾ ਬਹੁਤ اور Papa nu ਹੈ ਥੋੜਾ ਬਹੁਤ ਥੋੜਾ ਬਹੁਤ ਕਿ ਬਹੁਤ ਜ਼ਿਆਦਾ ਥੋੜਾ ਘੱਟ ਦੇ ਵਿੱਚ আচ্ছা ਬੱਚੇ ਤੁਸੀਂ ਦੇਖਿਆ ਕਿ ਟੀਵੀ ਤੇ ਸਕੂਲ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਕੈਮਿਸਟਰੀ ਫਿਜ਼ਿਕਸ ਮੈਥਮੈਟਿਕਸ ਦੇ ਵੀ ਪ੍ਰੋਗਰਾਮ ਆਂਦੇ ਨੇ ਹਾਂਜੀ ਤੁਸੀਂ ਉਹ ਦੇਖਦੇ ਹੋ ਕਦੀ ਘਰ ਜਦੋਂ ਦੇਖਦੇ ਹੋ ਤਾਂ ਮੰਮੀ ਗੁੱਸਾ ਕਰਦੀ ਹੈ ਨਹੀਂ ਵਾਹ ਉਸ ਵੇਲੇ ਮੰਮੀ ਨੂੰ ਪਤਾ ਲੱਗ ਜਾਂਦਾ ਹੈ ਕੀਮਤੀ ਕੰਮ ਕਰ ਰਿਹਾ ਹੈ ਹੈਨਾ ਪਰ ਜਦੋਂ ਸਾਡੇ ਨਾਲ ਰੋਗੇ ਤੇ ਐਸ਼ ਕਰੋਗੇ ਆ ਰਿਹਾ ਹੋਏ ਗਾਣਾ ਫਿਰ ਉਹ ਦੇਖ ਰਹੇ ਤੇ ਮੰਮੀ ਗੁੱਸਾ ਕਰਦੀ ਹੈ ਨਾ ਹੈਨਾ ਤੇਰੇ ਸਾਥ ਕਰੂੰਗਾ ਗੰਦੀ ਬਾਤ ਗੰਦੀ ਬਾਤ ਉਹ ਵਾਲਾ ਗਾਣਾ ਤੁਸੀਂ ਦੇਖ ਰਹੇ ਹੋ ਤਾਂ ਮੰਮੀ ਨੂੰ ਗੰਦੀ ਬਾਤ ਲੱਗਦੀ ਹੈ ਨਾ ਬੁਰਾ ਲੱਗਦਾ ਹੈ ਨਾ ਇਹਦਾ ਮਤਲਬ ਅਸੀਂ ਆਪਣੇ ਜੀਵਨ ਵਿੱਚ ਜੇ ਚਾਰੇ ਪਾਸੇ ਉਹਨ ਸਾਡੇ ਸੈੱਲ ਫੋਨ ਔਰ ਕੰਪਿਊਟਰ ਔਰ ਇਹ ਸਾਰੀ ਜ਼ਿੰਦਗੀ ਚਾਲੂ ਹੋ ਗਈ ਹੈ ਨਾ ਤਾਂ ਅਸੀਂ ਉਸ ਨੂੰ ਜੁਡੀਸ਼ੀਅਸਲੀ ਚੰਗੇ ਕੰਮ ਵਾਸਤੇ ਵਰਤਣਾ ਹੈ ਚੰਗੇ ਕੰਮ ਵਾਸਤੇ ਉਹਨੂੰ ਵਰਤਣਾ ਨਸ਼ਾ ਨਹੀਂ ਹੁੰਦਾ ਲੇਕਿਨ 24 ਘੰਟੇ ਕਦੇ ਉਹਦੇ ਫਿਲਮ ਦੇਖਦੇ ਰਹਿਣਾ ਕਦੇ ਉਹਦੇ ਗਾਣੇ ਦੇਖਦੇ ਰਹਿਣਾ ਕਦੇ ਉਹਤੇ ਸ਼ੇਰੋ ਸ਼ਾਇਰੀ ਕਰਦੇ ਰਹਿਣਾ ਕਦੇ ਉਹਤੇ ਸਟਾਕ ਮਾਰਕੀਟ ਦੇਖਦੇ ਰਹਿਣਾ ਕਦੇ ਉਹਤੇ ਤੇਰੇ ਸਾਥ ਕਰੂੰਗਾ ਗੰਦੀ ਬਾਤ ਵਾਲੇ ਭੇੜੇ ਗਾਣੇ ਦੇਖਦੇ ਰਹਿਣਾ ਤਾਂ ਫਿਰ ਉਹ ਨਸ਼ਾ ਗਲਤ ਹੈ ਉਹਦੇ ਨਾਲ ਅੱਖਾਂ ਵੀ ਖਰਾਬ ਹੋ ਜਾਣਗੀਆਂ ਬਾਡੀ ਵੀ ਖਰਾਬ ਹੋ ਜਾਏਗੀ ਸੋ ਜਿਹੜਾ ਬੰਦਾ ਉਹਦੇ ਚੋਂ ਬਾਣੀ ਪੜਨ ਵਾਸਤੇ ਆਪਣਾ ਜੀਵਨ ਉੱਚਾ ਕਰਨ ਵਾਸਤੇ Google ਸਰਚ ਕਰਕੇ ਆਪਣੀ ਲਾਈਫ ਨੂੰ ਮੋਡਰੇਟ ਕਰਦਾ ਹੈ ਆਪਣੇ ਆਗੁਣਾ ਨੂੰ ਰੋਗ ਨੂੰ ਸਮਝਦਾ ਹੈ ਔਰ ਠੀਕ ਕਰਦਾ ਹੈ ਦੈਨ ਇਟਸ ਨਾਟ ਰੋਂਗ ਇਹਦੇ ਨਾਲ ਉਹਨੂੰ ਆਪੇ ਸਮਝ ਆ ਜਾਏਗੀ ਕਿ ਮਨੁੱਖ ਨੂੰ ਕਿੰਨਾ ਲਿਮਟਿਡ ਯੂਜ਼ ਕਰਨਾ ਚਾਹੀਦਾ ਫਰਜ਼ ਕਰੋ ਮੈਂ ਸੈੱਲ ਫੋਨ ਤੇ ਸ਼ਬਦ ਵੇਖਦਾ ਹੈ ਨਾ ਤਾਂ ਮੈਂ ਨੋਟਿਸ ਕੀਤਾ ਕਿ ਮੇਰੀ ਇਸ ਅੱਖ ਨੂੰ ਨੁਕਸਾਨ ਹੁੰਦਾ ਜੇ ਮੈਂ ਸੈੱਲ ਫੋਨ ਚ ਜ਼ਿਆਦਾ ਦੇਖਦਾ ਤਾਂ ਫਿਰ ਮੈਂ ਉਹ ਵਾਲੇ ਸ਼ਬਦ ਨੂੰ ਗੁਰਗੰਸ ਸਾਹਿਬ ਚੋਂ ਪੜ ਲੈਂਦਾ ਜਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਦਰਪਣ ਚੋਂ ਪੜ ਲੈਂਦਾ ਉਤਨੀ ਦੇਰ ਮੈਂ ਆਪਣੀ ਅੱਖ ਨੂੰ ਬਚਾ ਲੈਂਦਾ ਤੇ ਫੋਕਸ ਕਰਨ ਵਾਸਤੇ ਕਰੈਕਟ ਐਂਡ ਅਸੀਂ ਜੁਡੀਸ਼ੀਅਸਲੀ ਆਪਣੇ ਟਾਈਮ ਨੂੰ ਕਿਸ ਤਰ੍ਹਾਂ ਸਪੈਂਡ ਕਰਨਾ ਹੈ ਉਹ ਸਿੱਖ ਜਾਂਦੇ ਆਂ ਤੇ ਗਿਜ਼ਮੋ ਗੈਜਟਸ ਤੇ ਉੱਤੇ ਮੁਤਾਜ ਨਹੀਂ ਰਹਿੰਦੇ ਆਂ ਲੇਕਿਨ ਜੇ ਤੁਸੀਂ ਆਪਣੇ ਪਾਪਾ ਮੰਮੀ ਨੂੰ ਕਹੋ ਕਿ ਮੇਰੇ ਕੋ ਹਰ ਹਾਲਤ ਮੇਂ ਕੰਪਿਊਟਰ ਲੈ ਕੇ ਦੋ ਸੁਰਿੰਦਰ ਕੇ ਪਾਸ ਹੈ ਮੇਰੇ ਕੋ ਬਦਿਆ ਸੈਲ ਫੋਨ ਲੈ ਕੇ ਦੇਖੋ ਉਹਨਾਂ ਨੇ i7 ਨਿਕਲਾ ਤਾਂ ਲੈ ਕੇ ਕਿਉਂ ਨਹੀਂ ਦਿੰਦੇ ਤਾਂ ਉਹ ਨਸ਼ਾ ਹੈ ਉਹਦੀ ਗੰਦੀ ਆਦਤ ਤੋਂ ਤੁਸੀਂ ਛੁੱਟਣਾ ਅਸੀਂ ਸਾਰੇ ਛੁੱਟਣਾ ਠੀਕ ਹੈ ਜੇ ਤੁਸੀਂ ਕਾਰ ਤੇ ਜਾ ਰਹੇ ਹੋ ਤਾਂ ਜ਼ਿੱਦ ਨਹੀਂ ਕਰਨੀ ਕਿ ਹਰ ਹਾਲਤ ਹੀ ਐਸੀ ਔਨ ਕਰੋ ਲਰਨ ਹਾਊ ਟੂ ਕੁਦਰਤ ਦੇ ਐਟਮੋਸਫੇਅਰ ਵਿੱਚ ਵੀ ਕਿਸ ਤਰ੍ਹਾਂ ਗਰਮੀ ਹੁੰਦੀ ਹੈ ਸਰਦੀ ਹੁੰਦੀ ਹੈ ਲੂ ਹੁੰਦੀ ਹੈ ਕਈ ਵਾਰੀ ਕਾਰ ਵਿੱਚ ਪੈਟਰੋਲ ਨਹੀਂ ਹੁੰਦਾ ਪੈਦਲ ਵੀ ਟੁੱਟਦੇ ਨੇ ਕਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਸਿੱਖੋ ਲੇਕਿਨ ਜੇ ਸਭ ਕੁਝ ਤੁਸੀਂ ਸਿੱਖ ਰਹੇ ਹੋ ਤੁਹਾਡੀ ਸਿਹਤ ਵੀ ਅੱਛੀ ਹੈ ਹੋਮਵਰਕ ਵੀ ਕਰਦੇ ਹੋ ਸਕੂਲ ਪੜਾਈ ਵੀ ਕਰਦੇ ਹੋ ਤਾਂ ਕਾਰ ਅੰਦਰ ਬੈਠੇ ਐਸੀ ਔਨ ਕਰ ਵੀ ਲਿਆ ਤਾਂ ਕੋਈ ਗੱਲ ਨਹੀਂ ਪਰ ਡੋਨਟ ਡਿਪੈਂਡ ਔਨ ðiਸ ਥਿੰਗਸ ਠੀਕ ਹੈ ਆਨਸਰ ਹੋ ਗਿਆ ਬੱਚੇ ਥੈਂਕ ਯੂ ਮੇਰਾ ਇੱਕ ਕੁਐਸਚਨ ਹੈ ਕਿ ਅੱਜਕੱਲ ਦੀ ਜਨਰੇਸ਼ਨ ਨੂੰ ਜਦੋਂ ਅਸੀਂ ਈਕੀਲ ਕਰਦੇ ਆ ਮੈਂ ਇਹਨਾਂ ਦੀ ਬਹੁਤ ਸਾਰੀਆਂ ਕੈਸਟਸ ਸੁਣੀਆਂ ਬਹੁਤ ਪੁਰਾਣਾ ਸਭ ਤੋਂ ਪਹਿਲੇ ਸ਼ਾਇਦ ਨੂੰ ਯਾਦ ਆ ਕੋੜਾ ਕੋੜਾ ਸੱਚ ਕੈਸਟ ਸੀ ਕਾਫੀ ਧੀਰ ਮੈਂ ਗੱਡੀ ਦੇ ਵਿੱਚ ਲਗਾ ਕੇ ਇਹਨਾਂ ਦੀ ਐਮਪੀ3 ਸੁਣਦਾ ਸੀ ਔਰ ਮੈਂ ਕਾਫੀ ਇਹਨਾਂ ਦਾ ਬਿਆਖਿਆ ਸੁਣਨ ਦਾ ਸ਼ੌਕੀਨ ਵੀ ਹਾਂ ਕਾਫੀ ਇਮਪ੍ਰੈਸਡ ਹਾਂ ਇਹਨਾਂ ਦੇ ਵਿਚਾਰਾਂ ਤੋਂ ਪਰਿਨਦੀ ਚੰਡੀਗੜ੍ਹ ਦੇ ਚਾਰੇ ਫੰਕਸ਼ਨ ਮੈਂ ਅਟੈਂਡ ਕੀਤੇ ਆ ਮੇਰੇ ਮਨ ਚ ਇੱਕ ਕੁਐਸਚਨ ਸੀ ਕਿ ਮੇਰੇ ਦੋ ਬੇਟੇ ਆ ਇੱਕ ਬੇਟਾ ਮੈਰਿਜ ਹੈ ਔਰ ਮੇਰੇ ਮਨ ਚ ਇਹ ਵਿਚਾਰ ਸੀ ਕਿ ਅੱਜ ਕੱਲ ਦੀ ਜਨਰੇਸ਼ਨ ਨੂੰ ਡੀਲ ਕਰਨ ਵੇਲੇ ਕੁੱਝ ਚੈਲੰਜਸ ਸਾਡੇ ਸਾਹਮਣੇ ਆਉਂਦੇ ਆ ਖਾਸ ਕਰਕੇ ਜਦੋਂ ਅਸੀਂ ਬੱਚਿਆਂ ਨੂੰ ਧਾਰਮਿਕ ਵੱਲ ਮੋੜਨਾ ਚਾਹੁੰਦੇ ਆ ਬੱਚਿਆਂ ਦੇ ਵਿੱਚ ਕੁੱਝ ਕੁਆਲਟੀਜ਼ ਐਸੀਆਂ ਆ ਕੁੱਝ ਕੁਆਲਟੀਜ਼ ਅਸੀਂ ਦੇ ਵੀ ਸਕਦੇ ਆ ਦੇ ਵੀ ਰਹੇ ਆ ਮਨ ਦੇ ਵਿੱਚ ਬੱਚਿਆਂ ਨੂੰ ਅਸੀਂ ਓਨੈਸਟ ਵੀ ਬਣਾਤਾ ਪੜਾ ਲਖਾ ਵੀ ਦਿੱਤਾ ਹੋਰ ਵੀ ਕਈ ਕੁਆਲਟੀਜ਼ ਦਿੱਤੀਆਂ ਪਰ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਧਰਮ ਦੇ ਪ੍ਰਤੀ ਉਹ ਰੁਚੀ ਨਹੀਂ ਹੈ ਜੋ ਸਾਡੇ ਵਿੱਚ ਹੈ ਜਾਂ ਸਾਡੇ ਵਡੇਰਿਆਂ ਵਿੱਚ ਸੀ ਤਾਂ ਮਨ 'ਚ ਇੱਕ ਦੁਵਿਧਾ ਆਂਦੀ ਹੈ ਕਿ ਇਹਦਾ ਦੋਸ਼ੀ ਅਸੀਂ ਅੱਜਕੱਲ ਦੀ ਹਵਾ ਪਾਣੀ ਨੂੰ ਕਹੀਏ ਜਾਂ ਅਸੀਂ ਆਪਣੇ ਆਪ ਨੂੰ ਦਈਏ ਮੈਨੂੰ ਯਾਦ ਹੈ ਕਿ ਮੇਰੇ ਗ੍ਰੈਂਡਮਦਰ ਸ਼ਹਿਦ ਸਵੇਰੇ 3 ਵਜੇ ਉੱਠ ਕੇ ਸੁਬਮਨੀ ਸੇਬ ਦਾ ਪਾਠ ਕਰ ਲੈਂਦੇ ਸੀ ਜ਼ੁਬਾਨੀ ਮੇਰੇ ਮਦਰ ਉਹ ਅੱਜ ਵੀ ਅੱਜ ਵੀ ਸੈਂਚੀ ਤੇ ਦੋ ਦਿਨ ਪਾਠ ਸਾਲ ਦੇ ਕਰ ਲੈਂਦੇ ਐ ਉਸ ਤੋਂ ਬਾਅਦ ਅਸੀਂ ਅਸੀਂ ਡੈਲੀ ਗੁਰਦੁਆਰੇ ਜਾਂਦੇ ਆ ਸੁਖਮਨੀ ਸਾਹਿਬ ਜਾਂ ਜਰਜੀ ਸਾਹਿਬ ਦੇ ਪਾਠ ਤੱਕ ਜ਼ਿਆਦਾਤਰ ਸੀਮਿਤ ਹੋ ਗਏ ਹਾਂ ਪਰ ਮੈਨੂੰ ਲੱਗਦਾ ਹੈ ਕਿ ਅੱਜ ਬੱਚਿਆਂ ਨੂੰ ਡੈਲੀ ਗੁਰਦੁਆਰੇ ਜਾਣ ਵਾਸਤੇ ਵੀ ਕਹਿਣਾ ਜਾਂ ਮਨਾਣਾ ਇੱਕ ਚੈਲੰਜ ਹੈ ਉਹ ਦੁਬਿਧਾ ਇਸ ਕਰਕੇ ਹੈ ਕਿ ਤੁਹਾਡੀਆਂ ਕੈਸਟਾਂ ਜਾਂ ਵਿਚਾਰ ਸੁਣਨ ਤੋਂ ਬਾਅਦ ਇਹ ਵੀ ਆਂਦਾ ਹੈ ਕੇ ਬੱਚਿਆਂ ਨੂੰ ਅਸੀਂ ਫੋਰਸ ਨਹੀਂ ਕਰ ਸਕਦੇ ਸਵੇਰੇ ਉੱਠਣ ਵੇਲੇ ਅਮਰਤ ਵੇਲੇ ਉੱਠਣ ਵੇਲੇ ਪਾਠ ਕਰਨ ਵੇਲੇ ਗੁਰਦੁਆਰੇ ਜਾਣ ਵੇਲੇ ਅਸੀਂ ਨਹੀਂ ਕਰ ਸਕਦੇ ਅਸੀਂ ਕਰਨਾ ਵੀ ਨਹੀਂ ਚਾਹੁੰਦੇ ਪਰ ਮੈਂ ਇਹ ਚਾਹਨਾ ਤੁਸੀਂ ਦੱਸੋ ਕਿ ਅਸੀਂ ਇਸ ਦੁਵਿਧਾ ਚੋਂ ਆਪਣਾ ਰੋਲ ਮਾਡਲ ਕਿਸ ਤਰੀਕੇ ਨਾਲ ਬਣੀਏ ਕਿ ਅਸੀਂ ਉਹਨਾਂ ਨੂੰ ਕੁਝ ਕਹੀਏ ਵੀ ਨਾ ਔਰ ਉਹਨਾਂ ਨੂੰ ਸਮਝਾ ਦੇਈਏ ਮੇਰਾ ਇਹ ਸੋਚ ਪਿਆਰ ਸਾਨੂੰ ਨਾ ਬਚਪਨ ਤੋਂ ਇੱਕ ਨਸ਼ਾ ਚੜਿਆ ਸੀ ਕਿ ਅਸੀਂ ਮੰਮੀ ਪਾਪਾ ਹਾਂ ਦੂਜਾ ਨਸ਼ਾ ਚੜ ਗਿਆ ਵੀ ਸਮਾਜ ਵਿੱਚ ਲੋਕੀ ਆਪਣੇ ਬੱਚੇ ਪੜ੍ਹਾਉਂਦੇ ਨੇ ਤੇ ਅਸੀਂ ਸਮਾਜ ਵਿੱਚ ਪੂਰੇ ਉਹਨਾਂ ਦੇ ਨਾਲ ਰੇਸ ਵਿੱਚ ਪੂਰਾ ਉਤਰਨਾ ਹੈ ਇਸ ਕਰਕੇ ਅਸੀਂ ਬੱਚਿਆਂ ਨੂੰ ਪੜਾਇਆ ਲੇਕਿਨ ਮੈਂ ਮੰਮੀ ਪਾਪਾ ਹਾਂ ਔਰ ਅਸੀਂ ਇਹਨਾਂ ਨੂੰ ਪੜ੍ਹਾਣਾ ਹੈ ਇਹ ਦੋ ਗੱਲਾਂ ਨੇ ਇੱਕ ਨਸ਼ਾ ਇਹ ਚੜਾ ਦਿੱਤਾ ਕਿ ਬਾਈ ਹੁਕ ਔਰ ਕਰੁਕ ਪੜ੍ਹਾਣਾ ਹੈ ਉਹਦੇ ਵਿੱਚ ਕਰ ਸਾਨੂੰ ਪਤਾ ਨਹੀਂ ਲੱਗ ਸਕਿਆ असी किस वेले किस तरह किस तरह गुस्सा भी किया बच्चे ने गुस्से देंस कई बार नफरत की मेरा पापा चंगा नहीं है कई बार नफरत की मेरी मम्मी चंगी नहीं है और कई बार नफरत की थी कि भी मैं इन देर सिख कारिज क्यों जम प्याे नहीं मैं मिला के गल कर रहा इन जनरल ਜਦੋਂ ਮੰਮੀ ਪਾਪਾ ਨੂੰ ਇਹ ਵਾਲਾ ਨਸ਼ਾ ਹੋ ਜਾਂਦਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਿਸ ਵੇਲੇ ਕਿਸ ਤਰ੍ਹਾਂ ਐਕਟ ਕੀਤਾ ਸੀ ਉਹ ਐਕਟ ਵਿੱਚ ਕਈ ਵਾਰੀ ਤੁਹਾਡੇ ਅੱਜ ਦੇ ਕੁਐਸਚਨ ਦਾ ਕਰਕਸ ਹੈ ਕਿ ਧਰਮ ਨਾਲ ਕਿਵੇਂ ਜੋੜੀਏ ਤਾਂ ਉਹ ਧਰਮ ਤੋਂ ਵੀ ਦੂਰ ਚਲਾ ਜਾਂਦਾ ਹੈ ਉਹ ਸੋਚਦਾ ਹੈ ਜੇ ਇਹਨਾਂ ਦੇ ਧਰਮ ਹੀ ਚਾ ਪੜ ਕੇ ਇਸ ਤਰ੍ਹਾਂ ਹਮੇਸ਼ਾ ਗੁੱਸੇ ਹੀ ਰਹਿਣਾ ਹੈ ਆਕੜੇ ਹੀ ਰਹਿਣਾ ਹੈ ਤੁਹਾਡਾ ਸੁਭਾਅ ਉੰਜ ਨਹੀਂ ਹੈ ਲੇਕਿਨ ਆਮ ਤੌਰ ਤੇ ਪਬਲਿਕ ਨੂੰ ਕੋਸ਼ਣ ਪੁੱਛਿਆ ਜਾਂਦਾ ਜਿਹੜੇ ਧਰਮੀ ਹੋ ਜਾਂਦੇ ਨੇ ਬਹੁਤਾ ਪਾਠ ਕਰਦੇ ਨੇ ਗੁਰਦੁਆਰੇ ਜਾਂਦੇ ਉਹਨਾਂ ਨੂੰ ਗੁੱਸਾ ਬਹੁਤਾ ਕਿਉਂ ਚੜਦਾ ਹੈ ਇਹ ਔਰ ਇਹ ਵਾਲੇ ਕੁਸ਼ਣ ਮੋਸਟਲੀ ਨੌਜਵਾਨ ਕਰਦੇ ਨੇ கரੈਕਟ ਇਸ ਤਰ੍ਹਾਂ ਸਾਡਾ ਨੌਜਵਾਨ ਜਦੋਂ ਦਿਖਦਾ ਹੈ ਗੁਰਦੁਆਰਿਆਂ ਵਿੱਚ ਲੜਾਈਆਂ ਹੋ ਰਹੀਆਂ ਨੇ ਪ੍ਰਬੰਧਕ ਲੜ ਰਹੇ ਨੇ ਔਰ ਸੰਗਤ ਆਪਸ ਹੀ ਲੜ ਰਹੀਆਂ ਅਸੀਂ ਜੱਟ ਭਾਪੇ ਰਾਮਗੜੀ ਵਾਲੇ ਗੁਰਦੁਆਰੇ ਵੱਖਰੇ ਵੱਖਰੇ ਜਾਤ ਪਾਤ ਦੇ ਬਣਾਏ ਹੋਏ ਨੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਗੁਰਦੁਆਰਾ ਇਲੈਕਸ਼ਨ ਹੈ ਨਾ ਇਹ ਸਾਰੀਆਂ ਚੀਜ਼ਾਂ ਤੋਂ ਬੱਚਾ ਟੁੱਟ ਜਾਂਦਾ ਸਾਨੂੰ ਕੀ ਕਰਨਾ ਹੈ ਕਿ ਅਸੀਂ ਬੱਚੇ ਦੇ ਸਾਹਮਣੇ 24 ਆਵਰਸ ਵੇਲਾ ਸਮਾਲ ਕੇ ਬਚਪਨ ਤੋਂ ਸਾਡਾ ਜਿਹੜਾ ਵੇਲਾ ਲੰਘ ਗਿਆ ਸੀ ਗੁੱਸਾ ਕਰ ਬੈਠੇ ਉਹ ਲੰਘ ਗਿਆ ਲੇਕਿਨ ਫਿਊਚਰ ਹੀ ਚਾਹੇ ਕਿ ਜੇ ਅਸੀਂ 200% ਬੱਚੇ ਨੂੰ ਪਿਆਰ ਕੀਤਾ ਤਾਂ 400% ਸ਼ੁਰੂ ਕਰ ਦਈਏ ਜਿੰਨਾ ਅਸੀਂ ਲਵਿੰਗ ਬੀਇੰਗ ਬਣਾਂਗੇ ਨਾ ਬੱਚਾ ਉਤਨਾ ਪਸੰਦ ਕਰੇਗਾ ਕਿ ਮੇਰੇ ਮੰਮੀ ਪਾਪਾ ਚੰਗੇ ਨੇ ਔਰ ਉਹਨਾਂ ਨੂੰ ਇਹ ਚੰਗੇ ਗੁਣ ਗੁਰਮਤ ਚੋਂ ਪ੍ਰਾਪਤ ਹੋਏ ਨੇ ਤਾਂ ਮੈਨੂੰ ਗੁਰਮਤ ਫੋਲੋ ਕਰਨੀ ਚਾਹੀਦੀ ਹੈ ਉਹਦੇ ਅੰਦਰ ਇਸ ਗੱਲ ਦਾ ਮਾਣ ਹੁੰਦਾ ਤੁਸੀਂ ਆਪਣੇ ਮਦਰ ਦੀ ਗੱਲ ਕੀਤੀ ਔਰ ਮੈਂ ਸ਼ਰਤੀਆ ਕਹਿੰਦਾ ਕਿ ਤੁਹਾਡਾ ਬੱਚਾ ਅਮਰੀਕਾ ਬੈਠ ਕੇ ਜਦੋਂ ਸਿੱਖ ਸੰਗਤਾਂ 'ਚ ਬੈਠੇਗਾ ਨਾ ਤੋ ਕਹੇਗਾ ਮੇਰੀ ਦਾਦੀ ਸਵੇਰੇ ਉੱਠਦੀ ਹੈ ਮੇਰੀ ਦਾਦੀ ਪਾਠ ਕਰਦੀ ਹੈ ਕਿਉਂਕਿ ਅੰਦਰੋਂ ਇੱਕ ਬੜਾ ਸਾਇਲੈਂਟ ਜਿਹਾ ਇਸ ਗੱਲ ਦਾ ਮਾਨ ਹੁੰਦਾ ਹੈ ਕਿ ਮੇਰੇ ਪਾਪਾ ਸ਼ਰਾਬ ਨਹੀਂ ਪੀਂਦੇ ਮੇਰੇ ਪਾਪਾ ਦਾੜੀ ਨਹੀਂ ਕੱਟਦੇ ਮੇਰੀ ਮੰਮੀ ਆਈਬ੍ਰੋ ਨਹੀਂ ਕੱਟਦੀ ਮੇਰੀ ਮੰਮੀ ਗੁਰਦੁਆਰੇ ਸਵੇਰੇ ਜਾਂਦੀ ਹੈ ਮੇਰੀ ਮੰਮੀ ਮੇਰੀ ਦਾਦੀ ਦੀ ਸੇਵਾ ਕਰਦੀ ਹੈ ਇਹ ਵਾਲੇ ਸਾਰੇ ਜਿਹੜੇ ਚੰਗੇ ਚੰਗੇ ਗੁਣ ਨੇ ਬੱਚੇ ਬਹੁਤ ਕੈਚ ਕਰਕੇ ਰੱਖਦੇ ਨੇ ਇਹਨਾਂ ਗੁਣਾਂ ਦਾ ਨਾਂ ਰੱਖ ਲਓ 200% ਔਰ ਇਹਨੂੰ 400% ਕਰਨਾ ਸ਼ੁਰੂ ਕਰ ਦੇ ਦਬਨ ਤਾਂ ਹੋਰ ਕਰਾਮਾਤ ਵਾਪਰਦੀ ਜਾਏਗੀ ਆਸਾਸਤਾਵ ਰਿਅਲਾਈਜ਼ ਕਰਦਾ ਜਾਂਦਾ ਹੈ ਪਕੜ ਕੇ ਜ਼ਬਰਦਸਤੀ ਕੋੜੇ ਨੂੰ ਪਾਣੀ ਕੋਲ ਨਹੀਂ ਲੈ ਜਾਣਾ ਫਿਰ ਉਹ ਪਾਣੀ ਨਹੀਂ ਪੀਏਗਾ ಲೆಟ್ ಹಿಮ್ ಲೆಟ್ ਹਰ ਉਹ ਥੋੜਾ ਸਪੇਸ ਦਿਈਏ ਬਸ ਪਿਆਰ ਕਰੀਏ ਗੁੱਸਾ ਨਾ ਕਰੀਏ ਕर्स ਨਾ ਕਰੀਏ ਦੂਜੇ ਸਾਹਮਣੇ ਉਹਦੀ ਇਨਸਰਟ ਨਾ ਕਰੀਏ ਹੋਰ ਨਾਲ ਕੰਪੇਅਰ ਕਰਕੇ ਉਹਨੂੰ ਲੈਟ ਡਾਊਨ ਨਾ ਕਰੀਏ ਟੜਕੀ ਨਾ ਵਹਿੰਦਰਪਾਲ ਸਿੰਘ ਮੇਰੇ ਵੀਰ ਮਿੰਦਰਪਾਲ ਸਿੰਘ ਜੀ ਤੁਹਾਡਾ ਕੁਐਸਚਨ ਆਨਸਰ ਹੋ ਗਿਆ ਹਾਂਜੀ ਥੈਂਕ ਯੂ ਥੈਂਕ ਯੂ